ਅਸਲਾਮੁ ਅਲੈਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਦੇਖ ਰਹੇ ਹੋ ਪਾਕ ਪਤਨ ਐਨੀਮਲਸ ਟੀਵੀ, ਮੈਂ ਤੁਹਾਡੇ ਮੇਜ਼ਬਾਨ ਮੁਹੰਮਦ ਰਿਆਜ਼। ਮਾਸ਼ਾਅੱਲਾ ਜਨਾਬ, ਜਿਵੇਂ ਕਿ ਦੋਸਤਾਂ ਨੂੰ ਪਤਾ ਹੈ, ਤੁਹਾਡੀ ਖਾਤਰ ਜਨਾਬ ਰੋਜ਼ ਨਵੇਂ ਤੋਂ ਨਵੇਂ ਜਾਨਵਰਾਂ ਤੋਂ ਜਨਾਬ ਵੀਡੀਓ ਲੈ ਕੇ ਆਉਂਦੇ ਹਾਂ। ਥੋੜ੍ਹੀ ਜਿਹੀ ਲੇਟ ਹੋਈ ਹੈ, ਕੁਛ ਦਿਨਾਂ ਤੋਂ ਵੀਡੀਓ ਨਹੀਂ ਪੈ ਰਹੀ ਸੀ, ਅਤੇ ਇਨਸ਼ਾਅੱਲਾ ਅੱਜ ਦੋਸਤਾਂ ਵਾਸਤੇ ਫਿਰ ਅਨਮੋਲ ਹੀਰੇ ਲੈ ਕੇ ਆਏ ਹਾਂ। ਦੋ ਮਾਸ਼ਾਅੱਲਾ ਦੂਜੀਆਂ ਛੋਟੀਆਂ ਦੀ ਵੀਡੀਓ ਹੈ, ਇੱਕ ਜਨਾਬ ਪਹਿਲਾਂ ਹੈਗੀ। ਸਭ ਤੋਂ ਪਹਿਲੇ ਲੋਕੇਸ਼ਨ ਅੱਡਾ ਬੁੰਗਾ ਯਾਦ, ਤਹਿਸੀਲੋ ਜ਼ਿਲ੍ਹਾ ਪਾਕ ਪਤਨ ਸ਼ਰੀਫ, ਰਾਤਾ ਨੰਬਰ 0306-00-42-917। ਔਰ ਇੱਕ ਮੱਝ ਵੇਖ ਲਿਆ ਨੀ ਦੋਸਤਾਂ ਨੇ, ਐਂਡ ਤੇ ਇਨਸ਼ਾਅੱਲਾ ਤੁਹਾਨੂੰ ਤਸੱਲੀ ਕਰਾਵਾਂਗੇ, ਨਮੈਸ਼ੀ ਝੋਟੀ ਹੈ ਮਾਸ਼ਾਅੱਲਾ। ਉਹ ਤੂੰ ਮੇਰੇ ਭਰਾਵਾਂ ਨੇ ਤਸੱਲੀ ਨਾਲ ਵੇਖ ਲਿਆ ਨੀ, ਲੈਣਾ ਦੇਣਾ ਨਸੀਬ ਹੈ। ਸਭ ਤੋਂ ਪਹਿਲੇ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀਆਂ ਕਰਾਵੇਗਾ ਜਨਾਬ। ਪਹਿਲੇ ਨੰਬਰ 'ਤੇ ਝੋਟੀ ਜਨਾਬ ਪੂਰੇ ਰੰਗ ਦੀ, ਮਾਸ਼ਾਅੱਲਾ ਬਿਲਕੁਲ ਤਾਜ਼ਾ ਸੋਈ ਹੋਈ ਹੈ ਜੀ। ਤਸੱਲੀ ਕਰਨੀ ਮੇਰੇ ਭਰਾਵਾਂ ਨੇ ਆਪ, ਅੱਲਾ ਦੇ ਖਾਸ ਫਜ਼ਲ ਨਾਲ ਪਾਕ ਪਤਨ ਐਨੀਮਲਸ ਟੀਵੀ ਦੋਸਤਾਂ ਦੀ ਖਿਦਮਤ ਵਾਸਤੇ ਅਨਮੋਲ ਹੀਰੇ ਲੈ ਕੇ ਆਉਂਦਾ ਹੈ। ਇੱਥੇ ਜਨਾਬ ਤਸੱਲੀ ਕਰਨੀ ਝੋਟੀ ਦੀ, ਨਿੱਕੀ ਨਿੱਕੀ ਸਿੰਘੀ ਮਾਸ਼ਾਅੱਲਾ ਚੈੱਕ ਕਰਨੀ, ਹੱਥ ਰੱਖਿਆ ਲੁਕਦੀ ਪਈ ਹੈ, ਕਮਾਲ ਨਸਲ ਔਰ ਗਿੱਠ ਗਿੱਠ ਝੋਟੀ ਖਾਲੀ ਤਾਂ ਮਾਸ਼ਾਅੱਲਾ ਪਸ਼ਮ ਹੈ, ਪੂਰੀ ਗਿੱਠ ਗਿੱਠ ਪੂਰੀ ਝੋਟੀ ਦਾ ਮਾਸ਼ਾਅੱਲਾ ਪਸ਼ਮ ਹੈ ਜਨਾਬ। ਛੋਟੀ ਛੋਟੀ ਸਿੰਘੀ ਲੱਗੀ ਹੈ ਜਨਾਬ, ਇੱਕ ਅੱਖ ਸਫੈਦ ਹੈ, ਇੱਕ ਵਿੱਚ ਸਾਵਾਂ ਜਵਾਬ ਹੈ। ਮਾਸ਼ਾਅੱਲਾ ਚੈੱਕ ਕਰੋ, ਬਿਲਕੁਲ ਤਾਜ਼ਾ ਸੋਈ ਹੈ ਜੀ। ਇਹਦੇ ਪਿੱਛੇ ਵੀ ਕੱਟੀ ਹੈ ਮਾਸ਼ਾਅੱਲਾ। ਲੋਕੇਸ਼ਨ ਇੱਕ ਵਾਰ ਫਿਰ ਸੁਣ ਲਓ, ਅੱਡਾ ਬੁੰਗਾ ਯਾ, ਤਹਿਸੀਲੋ ਜ਼ਿਲ੍ਹਾ ਪਾਕ ਪਤਨ ਸ਼ਰੀਫ, ਰਾਬਤਾ ਨੰਬਰ 0306-00-42-917। ਇਹ ਭਾਈ ਸ਼ਹਿਬਾਜ਼ ਕੋਲ ਜਨਾਬ ਤਿੰਨੇ ਝੋਟੀਆਂ ਖੜੀਆਂ ਹਨ, ਜਿਹੜੇ ਸਾਡੇ ਵੀਰ ਨੂੰ ਪਸੰਦ ਆਵੇ ਸਾਡੇ ਨਾਲ ਰਾਬਤਾ ਕਰ ਸਕਦਾ ਔਰ ਮਕਬੂਲ ਰੇਟ ਹੋਵੇਗਾ। ਭਾਈ ਸ਼ਹਿਬਾਜ਼ ਕੋਲ ਨੂੰ ਪੁੱਛਾਂਗੇ ਜਨਾਬ ਇਹਨਾਂ ਦੀ ਡਿਮਾਂਡ, ਸਾਰੀ ਗੱਲਬਾਤ ਤਸੱਲੀਆਂ ਕਰਾਵਾਂਗੇ ਵੀਰਾਂ ਨੂੰ। ਅੱਲਾ ਦੇ ਖਾਸ ਫਜ਼ਲ ਨਾਲ ਅਨਮੋਲ ਹੀਰਾ ਔਰ ਪਿਓਰ ਨੀਲੀ ਦਾ ਬ੍ਰਾਂਡ ਹੈਗਾ ਜਨਾਬ, ਚੈੱਕ ਕਰਨਾ ਗਿੱਠ ਗਿੱਠ ਪਸ਼ਮ, ਇਹ ਚੈੱਕ ਕਰਾਓ ਜੀ, ਇਹ ਗਿੱਠ ਗਿੱਠ ਪੂਰੀ ਪਸ਼ਮ ਮਾਸ਼ਾਅੱਲਾ ਝੋਟੀ 'ਤੇ। ਲਿਬਾਸ ਬੜਾ ਪਿਆਰਾ ਮਾਸ਼ਾਅੱਲਾ, ਅਸੀਲ ਸਹੂ, ਚੈੱਕ ਕਰਨਾ ਇਹ ਦੂਜੇ ਨੇ ਸ਼ਹਿਬਾਜ਼ ਭਾਈ, ਤੋਰੋ ਜੀ ਸ਼ਹਿਬਾਜ਼ ਭਾਈ, ਤੋੜ ਕੇ ਵੀ ਵਿਖਾਓ ਵੀਰਾਂ ਨੂੰ। ਲਓ ਜਨਾਬ ਭਾਈ ਰਾਜ, ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਗੱਲਾਂ ਨਹੀਂ ਕਰਨੀਆਂ, ਲੇਟ ਸਵੇਰ ਹੋਈ ਹੈ ਤੋ ਮਸਰੂਫੀਅਤ ਦੀ ਵਜ੍ਹਾ ਨਾਲ, ਠੀਕ ਹੈ, ਇਨਸ਼ਾਅੱਲਾ ਹੀਰੇ ਕੱਢ ਦੇ ਲੈਂਦੇ ਨੇ ਮੂੰਹ ਦੀ ਸਹੂ, ਇਹ ਦੇਖੋ ਜੀ, ਚੈੱਕ ਕਰਾਓ ਅਸੀਲ ਸਹੂ ਮਾਸ਼ਾਅੱਲਾ, ਦੋ ਦੋ ਗਿੱਟ ਪਸ਼ਮ, ਨਿੱਕੀ ਨਿੱਕੀ ਬਿਲਕੁਲ ਸਿੰਘੀ, ਕਤਰੀ ਕਤਰੀ ਜੀ ਨੂੰ ਕਹਿੰਦੇ ਨੇ, ਜਾਣ ਦਿਓ ਜੀ, ਜਾਣ ਦਿਓ, ਸਲੀ ਕਰਾ ਦਿਓ ਬਿਲਕੁਲ, ਆਦੇ ਭਰਾਵਾਂ ਵਾਸਤੇ ਪਿਓਰ ਦਰਿਆ ਦੀ ਮੱਝਾਂ ਬਰੀਕ, ਇਨਸ਼ਾਅੱਲਾ ਲਿਬਾਸ ਬੜਾ ਪਿਆਰਾ, ਚੁਆਈ ਮਾਸ਼ਾਅੱਲਾ ਬੜੀ ਪਿਆਰੀ, ਇਹ ਵੇਖੋ ਹਨ ਬਿਲਕੁਲ ਪਾਵਰ ਵਾਲਾ ਮੁੱਠ ਬਾਰ, ਇਹ ਕੱਟੀ ਜਾਂਦੇ ਪਿੱਛੇ ਕਿਹੜੀ ਕੱਟੀ ਜਾਂਦੀ, ਇਹ ਕੱਟੀ ਜਨਾਬ ਮਾਸ਼ਾਅੱਲਾ, ਤਸੱਲੀ ਕਰਾ, ਇੱਕ ਇੱਕ ਮੱਝ ਦੀ ਤਸੱਲੀ ਕਰਾਉਣੀ, ਮੈਂ ਬੜੀ ਨਸਲ ਜਾਤਾਂ ਦੀ ਮੱਝ ਹੈ, ਦੂਜੇ ਨੂੰ ਪਿਓਰ ਦਰਿਆ ਦੀ, ਚੈੱਕ ਕਰਾ ਦੇ, ਐਂ ਲੈ ਆਓ ਜੀ, ਐਂ ਲੈ ਆਓ, ਵਾਪਸ ਲੈ ਆਓ, ਤਸੱਲੀ ਕਰਾ ਭਰਾਵਾਂ ਨੂੰ, ਸੋਹਣਾ ਲਿਬਾਸ, ਦੁੱਧ ਵਾਲੀ ਮੱਝਾਂ, ਥਣ ਮਾਸ਼ਾਅੱਲਾ ਚੰਗਾ ਲੱਗਾ, ਲਿਬਾਸ ਬੜਾ ਪਿਆਰਾ ਜਨਾਬ, ਦੂਸਰਾ ਬਾਰਾ ਸੂਈ ਹੈ ਜੀ, ਹਾਂਜੀ ਹਾਂਜੀ ਦੂਸਰਾ ਬਾਰਾ ਸੂਈ ਹੈ, ਸ਼ਬਾਜ਼ ਸਾਹਿਬ ਇਹਨੂੰ ਕਿੰਨੇ ਦਿਨ ਹੋ ਗਏ, ਇਹਨੂੰ ਸੂਈ ਨੂੰ ਹੋ ਗਏ 4 ਦਿਨ, 4 ਦਿਨ, ਵੀਡੀਓ ਲੰਮੀ ਹੁੰਦੀ ਪਈ ਹੈ, ਡਿਮਾਂਡ ਇਕੱਠੀ ਕਰਨੀ ਹੈ ਅਲੱਦਾ ਅਲੱਦਾ, ਇਕੱਠੀ ਡਿਮਾਂਡ ਹੋਵੇਗੀ, ਦੂਸਰੇ ਨੰਬਰ ਤੇ ਝੋਟੀ ਵਿਖਾਓ ਜੀ, ਹਾਂਜੀ ਵਿਖਾਣੇ ਇੱਕ ਵਾਰ, ਆ ਵਿਖਾਓ ਪਹਿਲਾਂ, ਮਾਸ਼ਾਅੱਲਾ ਜਨਾਬ ਪਹਿਲਾਂ, ਜਿਵੇਂ ਮਾਸ਼ਾਅੱਲਾ ਮੁੰਦਰੀ ਦੇ ਵਿੱਚ ਨੱਗ ਹੁੰਦਾ ਹੈ, ਮਾਸ਼ਾਅੱਲਾ ਜਨਾਬ ਪਹਿਲਾਂ, ਮਾਸ਼ਾਅੱਲਾ ਲਿਬਾਸ ਬੜਾ ਪਿਆਰਾ, ਇਹ ਚੈੱਕ ਕਰੋ, ਇਹ ਬਟਨ ਲੈ ਨੀਲੀ ਦੇ ਮੌਜੂਦ, ਜੀ ਜੀ, ਵਿਰਲ ਬੜੀ ਪਿਆਰੀ, ਥਣ ਮਾਸ਼ਾਅੱਲਾ ਬੜਾ ਪਿਆਰਾ ਲਿਬਾਸ, ਖੋਲੋ ਜੀ ਬੜਾ ਬਿਹਤਰੀਨ, ਖੋਲੋ ਇਹਨੂੰ ਵੀ ਖੋਲੋ, ਨਿੱਕੀ ਨਿੱਕੀ ਸਿੰਗੀ ਬਿਲਕੁਲ, ਇਹ ਵੀ ਤਾਜ਼ੀ ਸੂਈ ਹੈ, ਥੱਲੇ ਕੱਟਾ ਹੈ, 4 ਤੋਂ 5 ਦਿਨ ਦੀ ਸੂਈ ਹੋਈ ਹੈ, ਜੀ ਜੀ, ਤਸੱਲੀ ਕਰਾ ਦੇ ਮੇਰੇ ਵੀਰਾਂ ਨੂੰ, ਖੂਨ ਪਾਣੀ ਵਾਲੀ, ਇਹ ਵੇਖੋ ਬਿਲਕੁਲ ਮੁੱਕ ਪੈਂਦੀ ਇੱਕ ਵੱਖੀ, ਜੇ ਇੱਧਰ ਕੋਹੜੀ ਰੁੰਨੀ ਸਾਫ਼ ਹੈ,
ਸਿਰਾ ਥੋੜੀ ਜੀ ਲੋ ਹੈ, ਖੋਲੋ ਜੀ। ਖੋਲ ਤੇ ਵੀ ਇਨਸ਼ਾਅੱਲਾ ਬਰਾਵਾਂ ਨੂੰ ਵਿਖਾਵਾਂਗੇ ਤਸੱਲੀਆਂ ਨਾਲ। ਐ ਜੀ ਚੈੱਕ ਕਰੋ ਮਸਲਾ, ਲੈ ਚਲੋ ਜੀ। ਅੱਲਾ ਦੇ ਹੁਕਮ ਨਾਲ ਜਨਾਬ ਲੇਟ ਹੋਈ ਹੈ ਜਨਾਬ, ਕੁਛ ਦਿਨਾਂ ਤੋਂ ਕੋਈ ਮਸਰੂਫੀਅਤ ਦੀ ਵਜ੍ਹਾ ਤੋਂ ਵੀਡੀਓ ਨਹੀਂ ਲੱਗ ਸਕੀ। ਇਹੋ ਜਿਹੀਆਂ ਜੋਟੀਆਂ ਕੋਈ ਗਾਹ ਹੀ ਲੈਵੇਗਾ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ। ਲਿਬਾਸ ਬੜਾ ਪਿਆਰਾ ਹੈ ਮਾਸ਼ਾਅੱਲਾ, ਬਹੁਤ ਪਿਆਰਾ ਮਾਸ਼ਾਅੱਲਾ, ਸਾਫ ਸੁਥਰਾ। ਐ ਵੇਖੋ ਚੱਲ ਬੱਚਾ ਉਠਾ, ਐ ਬੱਚੇ ਨਾਲ ਵੇਖ ਲੈ ਪਹਿਲਾਂ ਉਹ ਤੇ ਮਾਜ ਕਿਵੇਂ ਜਾਂਦੀ। ਐ ਕੱਟਾ ਥੱਲੇ ਜੀ, ਮਾਸ਼ਾਅੱਲਾ ਮਾਸ਼ਾਅੱਲਾ, ਤਸੱਲੀ ਕਰਾ ਦੇ, ਬਰੀਕ ਪੂਛ ਬਿਲਕੁਲ, ਲਿਬਾਸ ਬੜਾ ਪਿਆਰਾ ਮਾਸ਼ਾਅੱਲਾ, ਥਣ ਬੜਾ ਪਿਆਰਾ। ਮਾੜੀ ਮੋਟੀ ਲੋਹ ਹੈ ਪਹਿਲਾਂ, ਫਿਰ ਪਾਉਂਦੀਆਂ ਹੀ ਆਉਂਦੀਆਂ ਨੇ, ਖੂਨ ਪਾਣੀ ਵਾਲੀ ਬੜੀ ਬਰੀਕ ਰਿਆਜ਼ ਆ। ਚੱਕਰਾਂ ਵੀ ਨਾ ਬਾਈ, ਪੁੱਤਰ ਬੱਚਾ ਲਿਆ ਸਿਆਹ ਕਾਲੀ, ਸਿਰਫ ਪੂਛਲ ਦੇ ਵਾਲ ਸਫੈਦ, ਬਾਕੀ ਟੋਟਲ ਰਿਆਲ ਕਾਲੀ ਹੈ, ਪਿਓਰ ਖਾਸ ਦਰਿਆ ਦੀ ਮਿੰਚਨਾਬਾਦ ਦੇ ਇਲਾਕੇ ਦੀ ਮੱਝ ਹੈ। ਇਹ ਜਨਾਬ ਦੂਸਰੇ ਨੰਬਰ, ਦੂਸਰੇ ਨੰਬਰ ਵਾਲੇ ਜੋਠੀ ਜਨਾਬ ਪਹਿਲਣ, ਇਹ ਡਿਮਾਂਡ ਲੈ ਦਾ ਕਰਨੀ ਇਕੱਠੀ ਕਰਨੀ ਜੀ, ਲੈ ਚਲੋ ਜੀ, ਲੈ ਚਲੋ ਇਹਨੂੰ ਬੰਨ ਦਿਓ, ਤੇ ਤੀਸਰੇ ਨੰਬਰ ਵਾਲੀ ਨਮੈਸੀ ਜੋਠੀ ਲਿਆਓ ਇਨਸ਼ਾਅੱਲਾ, ਇਹਨਾਂ ਦੀ ਡਿਮਾਂਡ ਕਰਤੇ ਪੂਰਾ ਟੋਰ ਹੈ, ਨਮੈਸੀ ਜੋਠੀ ਲਿਆਓ ਜੀ। ਮਾਸ਼ਾਅੱਲਾ ਜਨਾਬ, ਪਾਕ ਪਤਨ ਐਨੀਮਲਸ ਟੀਵੀ ਦੋਸਤਾਂ ਭਰਾਵਾਂ ਵਾਸਤੇ ਬਿਹਤਰੀਨ ਜਨਾਬ ਜਾਨਵਰ ਲੈ ਕੇ ਆਉਂਦਾ, ਕੋਸ਼ਿਸ਼ ਕਰਦਾ ਜਨਾਬ ਤਸੱਲੀ ਕਰਾ। ਮਾਸ਼ਾਅੱਲਾ ਚੰਗਾ ਕਰਦਾ ਜਨਾਬ ਜੋਠੀ ਦਾ, ਪਹਿਲਾਂ ਨਿੱਕੀ ਨਿੱਕੀ ਸਿੰਗੀ, ਲੰਮੀ ਬਰੀਕ ਬੂਥੀ, ਦੋ ਹੱਥ ਲੰਮੀ ਗਰਦਨ, ਸੁਭਾਸ਼ ਬਾਈ ਦੀ ਡਿਮਾਂਡ ਦੋਵਾਂ ਦੀ ਇਕੱਠੀ ਕਰਨੀ ਤੇ ਕਰੋ ਜੀ ਜੀ। ਇਹ ਜਿਹੜੀ ਬੁਰੀ ਹੈ ਜੀ ਜੀ, ਮਾਤ ਕਹਿ ਲਓ ਬੁਰੀ ਕਹਿ ਲਓ ਜੀ ਜੀ, ਠੀਕ ਹੈ। ਸਾਡੇ ਭਰਾ ਸਾਡੇ ਨਾਲ ਬੜਾ ਪਿਆਰ ਕਰਦੇ, ਸਾਡਾ ਨਵਾਂ ਚੈਨਲ ਹੈ, ਤੁਸੀਂ ਮਾਸ਼ਾਅੱਲਾ ਉਹਨੂੰ ਵੇਖਣਾ, ਇਹ ਤੁਹਾਡੇ ਭਰਾਵਾਂ ਵਾਸਤੇ ਬਣਾਇਆ ਸੀ ਜੀ ਜੀ। ਬਿਲਕੁਲ ਬਾਈ, ਬੜੀ ਬੜੀ ਤਾਮਨ ਕਰਦੇ, ਰੱਤੀ ਵੀ ਕਹਿ ਲਓ, ਗੁਜਰਾਤ ਵਾਲੀ ਸਾਈਡ ਤੇ ਜੇ ਲਵਾਂ ਰੱਤੀ ਕਹਿੰਦੇ, ਬੁਰੀ ਵੀ ਅਸੀਂ ਕਹਿੰਦੇ ਜੀ ਜੀ, ਠੀਕ ਹੈ। ਬੜੀ ਨਸਲ ਜ਼ਾਤਾਂ ਨੇ ਬਾਅਦ ਝੰਡਾ ਥੋੜਾ ਜਿਹਾ ਅਗਾਂ ਦੱਕ ਹੈ, ਹਾਂਜੀ ਠੀਕ ਹੈ। ਲਿਬਾਸ ਮਾਸ਼ਾਅੱਲਾ ਇਹ ਬੜਾ ਪਿਆਰਾ, ਇਹਦੇ ਕੋਲ ਦੁੱਧ ਕਿੰਨਾ ਹੈ? ਹਾਂਜੀ ਠੰਡਾ ਦੁੱਧ 14 ਕਿਲੋ, 14 ਕਿਲੋ ਠੰਡਾ ਦੁੱਧ ਇਨਸ਼ਾਅੱਲਾ ਅੱਲਾ ਦੇ ਕੋਲ, ਜਿਹੜਾ ਚਵਾ ਲੈਣਾ ਹੈ ਆਪਾਂ ਕੰਡੇ ਤੇ ਰਖਾ ਦੇਵਾਂਗੇ। ਮਾਸ਼ਾਅੱਲਾ ਜੀ, 14 ਕਿਲੋ ਠੰਡਾ ਦੁੱਧ ਦੀ ਆਵਾਜ਼ ਹੈ ਜੀ ਸੁਭਾਸ਼ ਬਾਈ। ਪਹਿਲੇ ਕੱਟੀ ਹੈ ਮੈਂ ਸੂਈ ਨੂੰ, 4 ਤੋਂ 5 ਦਿਨ ਹੋ ਗਏ, ਠੀਕ ਹੋ ਗਿਆ ਜੀ। ਅੱਗੇ ਆ ਗਈ ਦੂਸਰੇ ਨੰਬਰ ਤੇ, ਪਹਿਲਾਂ ਪਹਿਲਾਂ ਮਕੂਲ ਰੇਟ ਕਰਨਾ ਇਨਸ਼ਾਅੱਲਾ, ਰੇਟ ਦੀ ਰੇਟ ਕਰਾਂਗੇ ਬਾਅਦ ਇਨਸ਼ਾਅੱਲਾ ਬਰਾਮਦ ਚੰਗਾ ਲੱਗੇ ਰੇਟ। ਇਹ ਕਿੰਨਾ ਦੁੱਧ ਕਰਦੇ ਜੀ? ਜਿੰਦਾ ਦਿਲ ਕਰੇ 13 ਲੀਟਰ ਦੁੱਧ ਚੋ ਲਵੇ ਬੱਚੇ ਨੂੰ ਛੱਡ ਕੇ, 13 ਲੀਟਰ ਚਵਾ ਇਨਸ਼ਾਅੱਲਾ। ਪਹਿਲਾਂ ਬੜੇ ਘੱਟ ਚੋਂ ਆਉਂਦੀਆਂ, 13 ਕਿਲੋ, ਠੀਕ ਹੈ ਠੀਕ ਹੋ ਗਿਆ। ਸੋ ਐ ਜੇ ਮਾਸ਼ਾਅੱਲਾ ਸੋ ਮੂੰਹ ਦੀਆਂ ਬੜੀਆਂ ਸੋ ਸਾਡੀਆਂ ਮੱਝਾਂ, ਮਾਸ਼ਾਅੱਲਾ ਜੀ, ਬਰੀਕ ਮੱਝ ਤੇ ਪੁੱਤਰਾ ਰੰਗੀ ਮੱਝ ਨਿੱਕੀ। 13 ਕਿਲੋ ਦੀ ਸੁਭਾਸ਼ ਬਾਈ ਤੁਹਾਡੀ ਆਵਾਜ਼ ਹੈ, ਗਾਰੰਟੀ ਹੋਵੇਗੀ ਮੇਰੀ, ਅੱਜ 6 ਦਿਨ ਨੂੰ ਸੂਈ ਨੂੰ ਜੋਟੇ ਨੂੰ, ਠੀਕ ਹੋ ਗਿਆ। ਇਵੇਂ ਥੱਲੇ ਬਹਿ ਜਾਓ, ਇਹਦੇ ਪਿੱਛੇ ਕੱਟਾ ਹੈ, ਜ਼ਰੂਰਤ ਵੀ ਕੋਣੀ, ਇਹਦੇ ਪਿੱਛੇ ਕੱਟਾ ਹੈ, ਮਾਸ਼ਾਅੱਲਾ ਸੋ ਹੈ, ਇਸੇ ਤਰ੍ਹਾਂ ਹੀ ਚੋਲੋ ਮਾਸ਼ਾਅੱਲਾ। ਇਹਦੇ ਕੋਲ ਵੀ 13 ਲੀਟਰ ਦੁੱਧ ਹੈ ਜੀ ਜੀ, ਸੂਈ ਨੂੰ 6 ਦਿਨ ਮੇਰੀਆਂ ਪਹਿਲਾਂ ਨੂੰ, ਤੇ 15-14 ਕਿਲੋ ਦੁੱਧ ਤੇ ਨਾ ਜਾਵੇ, ਮੈਂ ਜ਼ਿੰਮੇਦਾਰ ਹੋ ਸਾਂ। ਦੋਵਾਂ ਦਾ ਮੁੱਲ ਕਰੋ, ਠੀਕ ਹੈ ਜੀ। ਡਿਮਾਂਡ ਕੋਈ 4.5 ਲੱਖ ਨਹੀਂ ਜੀ ਜੀ, ਕੋਈ 5 ਨਹੀਂ, ਠੀਕ ਹੈ ਠੀਕ ਹੈ। ਜਿਹੜੇ ਭਰਾ ਨੂੰ ਚੰਗੀਆਂ ਲੱਗਣ ਦੋਵਾਂ ਇਕੱਠਾ ਮੁੱਲ 90,000 ਦੀਆਂ ਜੋਟੀਆਂ ਦੇਵਾਂਗਾ। ਜਿਹੜੇ ਮੇਰੇ ਬ੍ਰਾਂਡ ਚੰਗੀਆਂ ਲੱਗਣ ਸਾਡੇ ਨਾਲ ਰਾਬਤਾ ਕਰ ਲਵੇ, ਥੋੜੀ ਬਹੁਤੀ ਗੁੰਜਾਇਸ਼ ਵਿੱਚ ਹੋਵੇਗੀ, ਮੈਂ 4.5-4 ਨਹੀਂ ਮੰਗਾ। 7,90,000 ਰੁਪਏ ਜਨਾਬ ਦੋਵੇਂ ਜੋਟੀਆਂ ਦੀ ਡਿਮਾਂਡ ਹੈ, ਬਿਲਕੁਲ। ਥੋੜਾ ਬਹੁਤਾ 19-20 ਪਿਆਰ ਮੁਹੱਬਤ ਵੀ ਹੋਏਗਾ ਇਨਸ਼ਾਅੱਲਾ। ਜਿਹੜੇ ਵੀਰਾਂ ਨੂੰ ਚੰਗੀ ਲੱਗੇ ਜਨਾਬ ਭਾਈ ਸ਼ਬਾਦ ਨਾਲ ਰਾਬਤਾ ਕਰ ਸਕਦਾ, 7,90,000 ਰੁਪਏ ਇਨਸ਼ਾਅੱਲਾ। ਹੀਰਾ ਕਮਾਲ ਹੋ ਗਈ ਜੀ, ਐਨ ਮੈਸੀ ਜੁੱਟੀ ਆ ਗਈ। ਇੱਕ ਹਫਤੇ ਦਾ ਟਾਈਮ ਹੈ ਮੇਰੇ ਭਰਾਵਾਂ ਨੂੰ, ਸਾਡੇ ਭਰਾ ਬੜਾ ਕੰਮ ਕਰ ਰਹੇ ਨੇ ਮਾਸ਼ਾਅੱਲਾ, ਬੜਾ ਸੋਹਣਾ ਕੰਮ ਕਰ ਰਹੇ ਨੇ। ਇੱਕ ਹਫਤੇ ਦਾ ਟਾਈਮ ਹੈ ਮੇਰੀ, ਮੈਂ ਜਿੰਨਾ ਕੋਈ ਬੰਦਾ ਕੱਦ ਘੱਟ ਤੇ ਵਿਖਾ ਦੇਵੇ, ਮੈਂ ਆਦੀ 30 ਸਾਲ ਤੋਂ ਕੰਮ ਕਰ ਰਿਹਾ, ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਮੱਝ ਅਸੀਂ ਲੈਂਦੀ ਹੈ ਇੰਨੇ ਕੱਦ ਵਾਲੀ। ਜਿਸ ਬੰਦੇ ਨੂੰ ਸ਼ੱਕ ਹੋਵੇ ਉਹ ਮੌਕੇ 'ਤੇ ਆ ਕੇ ਕੱਢ ਸਕਦਾ। ਅਗਰ ਮੇਰੀ ਮੈਂ ਦਾ ਰਿਆਜ਼ ਕੱਦ ਛੋਟਾ ਹੋਵੇ
ਇੱਥੇ ਆ ਤੇ ਉਹ ਇੱਕ ਬੰਦੇ ਨੂੰ ਲੱਖ ਰੁਪਈਆ ਮੈਂ ਇਨਸ਼ਾਲਾ ਆਦੇ ਪੱਲੂ ਦੇਵਾਂਗਾ ਜੁਰਮਾਨਾ। ਗਰਦਨ ਮੈਂ ਸੀ ਤਿੰਨ ਹੱਥ ਲੰਮੀ, ਦੋ ਹੱਥ ਲੰਮੀ ਨਹੀਂ, ਤਿੰਨ ਹੱਥ ਚੈੱਕ ਕਰਾ। ਮੱਝ ਕੋਸ਼ਿਸ਼ ਕਰੇ ਮਾਂ ਦੀਵਾਰ ਤੋਂ ਨਾ ਲੱਗ ਜਾਵੇ ਤੇ ਗੱਲ ਕਰੀ ਬਈ ਸ਼ਬਾਸ਼ ਪੰਬਾ ਦੀ ਮੂੰਹ ਦੀ ਸਹੁ ਏਡੀ ਵੱਡੀ ਮਾਂ ਜੋਤ ਚੈੱਕ ਕਰਾ ਦੇ। ਮਾਸ਼ਾਅੱਲਾ ਜੀ, ਬੜਾ ਵੱਡਾ ਕੱਦ ਹੈ ਮੱਝ ਮਗਰ ਕੱਟੀ, ਲੱਖ ਰੁਪਏ ਦੀ ਕੱਟੀ ਮੱਝ ਦੇ ਮਗਰ। ਮਾਸ਼ਾਅੱਲਾ, ਤੋਰੋ ਜੀ ਮੱਝ ਨੂੰ ਤੋਰੋ। ਲੰਮੀ ਸਿੰਗਲ ਅੱਡੀ ਵਾਲੀ ਮੱਝ, ਕਦੇ ਮੱਝ 11 ਸੂਏ ਵੀ ਸੂ ਜਾਵੇ ਮੱਝ ਦਾ ਮਸਾ ਨਹੀਂ ਰਹਿੰਦਾ। ਸ਼ਬਾਸ਼ ਭਾਈ ਇਹਨੂੰ ਤੋਰੋ। ਆ ਕੱਟੀ ਛੱਡ ਬਈ, ਮੱਝ ਨੂੰ ਤੋਰ ਫਿਰ ਕੇ ਤਸੱਲੀ ਨਾਲ ਰਾਤ ਚੈੱਕ ਕਰਾਣੇ। ਇਹ ਮੇਰੇ ਭਰਾ ਹਜ਼ਰਾਤ ਜਿਹੜੇ ਸ਼ੁਕੀਨ ਹੈ ਪੈਸੇ ਨੇ ਚੀਜ਼ਾਂ ਲੱਭਦੀਆਂ। ਨਮੈਸ਼ੀ ਜੋਟੀ ਮਾਸ਼ਾਅੱਲਾ, ਚੱਲ ਵੀ ਤੋਰ ਅੱਗੇ ਲੈ ਚੱਲ ਬਾਤ ਛੇਕਣਾ। ਮਾਸ਼ਾਅੱਲਾ ਵਿਖਾਓ ਜੀ, ਇੰਨੀ ਲੰਮੀ 7 ਫੁੱਟ ਲੰਮੀ ਹੈ। ਮੱਠਾ 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 ਬਾਈ ਮੱਠਾ ਏ, ਇਹ ਚੈੱਕ ਕਰੋ ਜੀ ਇਨਸ਼ਾਅੱਲਾ ਪਿੱਛੇ ਕੈਮਰਾ ਫੁੱਲ, ਖੁੱਡੇ ਦੇ ਵਿੱਚੋਂ ਨਿਕਲਦੇ ਆ ਸਾਰੀ ਪੂਛ ਬੜੀ ਬਰੀਕ। ਇਹਨੂੰ ਸੂਈ ਨੂੰ ਕਿੰਨੇ ਦਿਨ ਹੋਏ? ਇਹਨੂੰ ਸੂਈ ਨੂੰ ਰਿਆਜ਼ ਅੱਜ 6ਵਾਂ ਦਿਨ। 6ਵਾਂ ਦਿਨ ਸੂਈ ਨੂੰ ਪਿੱਛੇ ਕੱਟੀ ਹੈ, ਪਿੱਛੇ ਕੱਟੀ ਮਾਸ਼ਾਅੱਲਾ। ਹਾਈਟ ਵਿੱਚ ਚੈੱਕ ਕਰਾ ਲੰਮੀ ਕਿੰਨੀ ਮਾਜ ਮਾਸ਼ਾਅੱਲਾ, ਕੋੜੀ ਦੁਨੀ ਤੋਂ ਬਿਲਕੁਲ ਸਾਫ਼ ਚੱਲ ਲਿਆ ਜਾ ਅੰਦਰ। ਇਹ ਕੱਟੀ ਰਿਆਜ਼ ਮਾਜ ਦੇ ਮਗਰ ਮਾਸ਼ਾਅੱਲਾ। ਇਹ ਗਰਦਨ ਮਾਜ ਦੀ ਵੇਖ ਰਹੀ ਹੈ ਵਾਕਿਆ ਨਮੈਸ਼ੀ ਮਾਜ ਦੇ ਜਨਾਬ, ਇਨਸ਼ਾਅੱਲਾ ਨਮੈਸ਼ੀ ਅੱਲਾ ਦੇ ਕਹਿੰਦੋ। ਵਿਖਾਓ ਜੀ ਮਾਜ ਨੂੰ ਥੋੜਾ ਜਿਹਾ ਅੰਦਰ ਲੈ ਚੱਲ, ਮਾਜ ਡਰਦੀ ਅੰਦਰ ਲੈ ਚੱਲ। ਦੋ ਗਿੱਠਾਂ ਦਾ ਸਿੰਗਲ ਅੱਡੀ ਗਵਾੜੇ ਰੰਗੀ। ਮਾਸ਼ਾਅੱਲਾ ਸ਼ਬਾਸ਼ ਭਾਈ, ਤੁਹਾਡਾ ਵੀ ਕੱਦ ਬੜਾ ਹੈ ਤੇ ਮੱਝ ਦਾ ਵੀ ਕੱਦ। ਕਿੰਨੀ ਮੱਝ ਦੀ ਅਜੇ ਚੈੱਕ ਕਰ ਲਓ, ਮੱਥੇ ਤੇ ਮੱਝ ਨਾ ਆਵੇ ਤੇ ਗੱਲ ਕਰੀ ਬਿਲਕੁਲ ਬਰੀਕ ਚਿੰਗਰੀ ਵਾਲੀ ਆ। ਵੇਖੋ ਨਾ ਮੈਜਾਜ਼ ਕਿੰਨੀ ਸਹੁ ਮੱਝ ਮਾਸ਼ਾਅੱਲਾ, ਇੱਧਰ ਵੇਖੋ ਮਾਸ਼ਾਅੱਲਾ। ਮੱਝ ਨਹੀਂ ਬੇਨਸਲੀ ਮੱਝ ਨਹੀਂ, ਇਹਨਾਂ ਦਾ ਚੈੱਕ ਕਰਾ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਇਨਸ਼ਾਅੱਲਾ ਮਾਂ ਤੋਂ ਵੱਧ ਕੱਟੀ ਮਾਸ਼ਾਅੱਲਾ। ਜਿਵੇਂ ਮਾਂ ਹੈ ਉਵੇਂ ਮੱਥੇ ਤੇ ਸਫੈਦ ਫੁੱਲੀ ਦੁੰਬ ਚਿੱਟੀ, ਲੱਕੜ ਮੈਂ ਦੀ ਬੜੀ ਪਿਆਰੀ, ਡਾਕਾ ਮੈਂ ਅਜੇ ਚੱਕਰਾ। ਇਹਦਾ ਡਾਕਾ ਵੇਖ, ਥੱਬੇ ਦੇ ਵਿੱਚ ਡਾਕਾ ਆਉਂਦੀਆਂ ਮਾਂ ਦੇ, ਇੱਧਰ ਵੇਖ ਪੁੱਠਾ ਚੱਕਰਾ ਮੈਂ ਦਾ। ਮੈਂ ਦੀ ਪੂਛ ਬੜੀ ਬਰੀਕ ਮਾਸ਼ਾਅੱਲਾ, ਵਿੱਚ ਅੱਡੀ ਨਹੀਂ ਹੈ। ਤਸੱਲੀ ਕਰਾ ਦੇ ਮੇਰੇ ਭਰਾਵਾਂ ਨੂੰ, ਕੋਈ ਬੰਦਾ ਸ਼ੌਂਕ ਵਾਲਾ ਲਵੇਗਾ ਅੱਲਾ ਦੇ ਫਜ਼ਲ ਨਾਲ। ਮਾਸ਼ਾਅੱਲਾ ਜੀ ਵਾਕਿਆ ਹੀਰੇ ਨਹੀਂ ਲੱਭਦੇ। ਨਮੈਸ਼ੀ ਮੱਝ ਜਨਾਬ ਜਿਹੜੇ ਵੀਰ ਦੇ ਜਨਾਬ ਮੁਕਦਰਾਂ 'ਚ ਹੋਈ ਪੂਰੀ, ਭਰਾਵਾਂ ਦੇ ਨਸੀਬਾਂ 'ਚ ਕਰੇ। ਫੁੱਲ ਵੱਡਾ ਕੱਦ ਹੈ, ਫੁੱਲ ਵੱਡੀ ਹਾਈਟ ਵੇਲ ਹੈ ਮਾਸ਼ਾਅੱਲਾ ਸ਼ਬਾਸ਼ ਭਾਈ। ਅੱਗੇ ਵੀ ਵੀਡੀਓ ਲਾਉਂਦੇ ਪਏ, ਐਡੀ ਵੱਡੀ ਕੱਦ ਜਿਹੜਾ ਹੈ ਨਾ ਮਾਸ਼ਾਅੱਲਾ। ਇਹ ਜਨਾਬ ਕੱਟੀ ਪਿੱਛੇ ਬੜੀ ਪਿਆਰੀ, ਇਹ ਚੈੱਕ ਕਰੋ ਟੋਟਲ ਸਾਗੀ ਮਾਰੇਗੀ ਮਾਸ਼ਾਅੱਲਾ। ਇਹ ਵੇਖੋ ਨਾ ਕਿੰਨੀ ਪਿਆਰੀ ਮਾਸ਼ਾਅੱਲਾ ਕੱਟੀ ਪਿੱਛੇ ਜੀ। ਤੀਸਰੇ ਨੰਬਰ ਵਾਲੀ ਨਮੈਸ਼ੀ ਜੋਟੀ ਪਿੱਛੇ ਕੱਟੀ ਜਨਾਬ ਮਾਸ਼ਾਅੱਲਾ, ਬਿਲਕੁਲ ਸਾਗੀ ਮਾਸ਼ਾਅੱਲਾ ਮਾਰੇਗੀ। ਮਾਸ਼ਾਅੱਲਾ ਲਿਬਾਸ ਚੈੱਕ ਕਰਾ, ਸਾਫ ਸਫਾਈਆਂ ਵਾਲਾ ਲਿਬਾਸ ਹੈ, ਕੋਈ ਬਾਲ ਨਹੀਂ ਜੀ ਜੀ, ਕੋਈ ਕੁਛ ਨਹੀਂ। ਆ ਕੱਟੀ ਪਈ ਹੈ, ਆਪਾਂ ਮੂੰਹ ਲੱਗਾ ਤਾਂ ਮੈਂ ਧਾਰਾ ਪਾਈ ਨਹੀਂ ਸਹੂ ਹੈ। ਆ ਇਨੀ ਮਿੱਠੀ ਮਾਜ ਦੇਖੀ ਨਾ ਮਾਸ਼ਾਅੱਲਾ, ਲਿਬਾਸ ਬੜਾ ਪਿਆਰਾ ਹੈ ਜੀ ਜੀ। ਇਨਸ਼ਾਅੱਲਾ ਇਹ ਉਹ ਨਹੀਂ ਹੈਗਾ ਬਾਬੂ ਵਾਲਾ ਹੋਵੇ ਤਾਂ ਵੱਡੇ ਚੱਡੇ ਹੋਵਣ ਤਾਂ ਨਹੀਂ ਜੀ ਜੀ। ਅੱਛਾ ਇਹਦੇ ਕੋਲ ਦੁੱਧ ਸ਼ਬਾਸ਼ ਭਾਈ ਕਿੰਨਾ ਹੈ? ਮੇਰੀ ਮਾਜ ਨੂੰ ਸੂਈ ਨੂੰ 6 ਦਿਨ ਹੋ ਗਏ ਜੀ। ਇਸ ਟਾਈਮ ਹਾਜ਼ਰ ਵਕਤ ਜਿਹਦਾ ਦਿਲ ਕਰੇ ਕੰਡੇ ਦਰਖਤ ਤੇ ਤੋੜ ਲਵੇ ਜੀ ਜੀ, 18 ਲੀਟਰ ਦੁੱਧ ਚੁਆਵਾਂਗਾ। 18 ਲੀਟਰ ਅਗਰ ਕੋਈ ਬੰਦਾ ਮੈਨੂੰ ਬਿਆਨਾ ਕਰ ਦੇਵੇ ਜੀ ਜੀ, 50,000 ਹਾਂਜੀ, 10-12 ਦਿਨ ਦਾ ਟਾਈਮ ਦੇ ਦੇਵੇ ਜੀ। ਅਗਰ ਮੈਂ ਆਦੀ ਮੱਝ ਕੋ 22-23 ਲੀਟਰ ਦੁੱਧ ਨਾ ਚੁਆਵਾਂ, ਲੱਖ ਨਾ ਦੇਵਾਂ ਤਾਂ ਕਮੇ ਬੰਦੇ ਦੀ ਗੱਲ। ਮਾਸ਼ਾਅੱਲਾ ਜਨਾਬ ਮਾਸ਼ਾਅੱਲਾ ਜ਼ਿੰਦਾਬਾਦ।
ਮੈਂ ਤਾਂ ਪਿਛਲੇ ਰਿਕਾਰਡ ਵੀ ਰਾਜੀ ਹਾਂ ਤੇਰੇ ਤਇਨਾਤ ਲੱਗੀ ਹੈ ਤਾਂ ਦਾਣਾ ਪਾ ਕੇ ਮਾਤੇ 12 ਲੱਖ ਨਹੀਂ ਕੋਈ 13 ਲੱਖ ਨਹੀਂ ਚੋਵਨ ਇੰਜ ਸੌ ਅੰਗੂਠਾ ਵਿੱਚ ਪਵੇਗਾ ਇਨਸ਼ਾਅੱਲਾ ਇਹਦੀ ਮੁਹੱਬਤ ਵਾਲੀ ਡਿਮਾਂਡ ਕਰੋ ਕੋਈ 10 ਲੱਖ ਨਹੀਂ ਤੇ ਕੋਈ 12
ਮੱਝ ਕੋਲ 2 ਕਿਲੋ 2.5 ਕਿਲੋ ਦੁੱਧ ਰਹਿ ਜਾਵੇ, ਅੱਲਾ ਦੇ ਹੁਕਮ ਹੈ 3 ਲੱਖ ਦੀ ਮੱਝ ਮੈਂ ਲਵਾਂਗਾ। ਅੱਲਾ ਦੇ ਫਜ਼ਲ ਨਾਲ ਜਿਹੜਾ ਦਿਲ ਕਰੇ ਉਹ ਮੇਰਾ ਕਰੇ। ਕੀ ਬਾਤ ਹੈ, ਜਾ ਰਾਜੀ ਆ ਤੇਰੇ ਤੇ ਸ਼ਾਬਾਸ਼ ਭਾਈ। ਇਹਦਾ ਰੇਟ ਕਰੋ ਚੱਕਰਾ ਥਣ, ਮੈਂ ਤਾਂ ਬੜਾ ਪਿਆਰਾ ਬਰੀਕੀਆਂ ਮੈਂ ਦੀਆਂ ਗਿਲਟੀ ਮਰੋੜੇ ਛੱਤੇ ਫੋੜੇ ਦੇ ਹਰ ਸ਼ੈ ਦੀ ਗਰੰਟੀ। ਇੱਕ ਨੰਬਰ ਪਿੱਛੇ ਉੱਚੀ ਮੱਝ, ਅੱਗੂ ਮੈਂ ਬਿਲਕੁਲ ਨੀਵੀ, ਬਿਲਕੁਲ ਪਿਓਰ ਦਰਿਆ ਮਿੰਚਣਾ ਬਾਦ ਇਲਾਕੇ ਦੀ ਮੱਝ ਵੀ ਨਾ ਹੋਵੇ ਫਿਰ ਵੀ ਜ਼ਿੰਮੇ। ਇਸ ਟਾਈਮ 18 ਕਿਲੋ ਦੁੱਧ ਚਵਾਣਾ, ਜਿੰਦਾ ਦਿਲ ਕਰੇ ਕੰਡਾ ਦੇ ਤੋਲ ਤੁਲਾਵਾਂਗਾ। ਇੱਕ ਗੱਡੀ ਵੀ ਘਟੇ ਤੇ 20,000 ਘਟਾਵਾਂਗਾ, 2 ਘਟਣ ਜਾ ਰਾਜੀ ਆ ਤੇਰੇ ਤੇ ਘਟਾਵਾਂਗਾ ਅੱਲਾ ਦਾ। ਮਾਸ਼ਾਅੱਲਾ, ਮੁੱਲ ਕਰੋ ਜੀ। ਮੁੱਲ ਮੱਝ ਦਾ ਕੋਈ 8.5 ਨਹੀਂ ਤੇ ਕੋਈ ਨਹੀਂ, ਮੱਝ ਤੇਰੀ ਬੇਮੁੱਲੀ ਹੈ ਲੇਕਿਨ ਭਰਾਵਾਂ ਵਾਸਤੇ ਪਿਆਰ ਮੁਹੱਬਤ ਵਾਲਾ। ਕਿਸੇ ਨੂੰ ਮੱਝ ਕੋਈ ਨਹੀਂ ਦੇਣੀ ਨੇ, ਇੱਕ ਬੰਦਾ ਸ਼ੌਕ ਵਾਲਾ ਹੋਵੇ, ਦਿਲ ਵਾਲਾ ਬੰਦਾ ਹੋਵੇਗਾ ਤਾਂ ਮੱਝ ਜਿਹੜਾ ਬਰੀਡ ਨੂੰ ਸਮਝਦਾ ਉਹ ਲਵੇਗਾ ਬਰੀਡਰ ਭਰਾਵਾਂ। 6 ਲੱਖ ਜੀ ਫੈਨਲ ਫੈਨਲ ਆਪਾਂ ਗੱਲ ਕਰਨੀ ਹੈ, ਠੀਕ ਹੋ ਗਿਆ। 8.5 ਮੰਗੇ ਤੇ ਲੱਖ ਛੱਡ ਦੋ ਤਾਂ ਫੈਨਲ ਕੋ 6 ਲੱਖ ਹਾਂਜੀ 70,000 ਦੀ ਮੱਝ ਦੇਵਾਂਗਾ। 6,70,000 ਰੁਪਏ ਮੇਰੇ ਨਾਲ ਰابطਾ ਕਰੇ, ਇਹਦੇ 11 ਚਵਾਈਆਂ ਕਰੇ, 12 ਕਰੇ, ਉਹਦਾ ਦਿਲ ਮੰਨੇ ਫਿਰ ਇੱਥੇ ਜਾਵੇ। ਮਾਸ਼ਾਅੱਲਾ ਜਨਾਬ, 6,70,000 ਰੁਪਈਆ ਜਨਾਬ ਵਿੱਚ ਪਿਆਰ ਮੁਹੱਬਤ ਇਨਸ਼ਾਅੱਲਾ ਲਾਜ਼ਮੀ ਹੋਏਗਾ। ਜਿਹੜੇ ਸਾਡੇ ਦੋਸਤ ਚੈਨਲ ਤੇ ਨਵੇਂ ਆਏ, ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਨਾ ਹੈ, ਨਾਲ ਹੀ ਲੱਗਿਓ ਘੰਟੀ ਦਾ ਬਟਨ ਵੀ ਦਬਾਉਣਾ ਹੈ। ਇਹ ਜਨਾਬ ਤਿੰਨੇ ਹੀਰੇ ਨੇ ਮਾਸ਼ਾਅੱਲਾ, ਜਿਹੜੇ ਸਾਡੇ ਦੋਸਤ ਨੂੰ ਜਿਹੜੀ ਪਸੰਦ ਆਵੇ ਸਾਡੇ ਨਾਲ ਰابطਾ ਕਰ ਸਕਦਾ ਹੈ। ਵੀਡੀਓ ਪਸੰਦ ਆਵੇ ਲਾਈਕ ਸ਼ੇਅਰ ਮੁਹੱਬਤ ਵਾਲਾ ਕਮੈਂਟ ਜਨਾਬ ਲਾਜ਼ਮੀ ਕੀਤਾ ਕਰੋ। ਅੱਜ ਦੀ ਵੀਡੀਓ ਵਾਹ ਕਮਾਲ ਹੈ ਜਨਾਬ ਦੋਸਤਾਂ ਵਾਸਤੇ, ਹੀਰੇ ਆ ਇਕੱਠੀ ਅੱਗੇ ਕਰੋ ਜੀ। ਰਿਆਜ਼ ਭਾਈ ਬਾਰ ਬਾਰ ਦਿਲ ਕਰਦਾ ਵੀਡੀਓ ਤੇ ਲੰਮੀ, ਬਾਰ ਬਾਰ ਵਿਖਾਵਣ ਦਿਲ ਕਰਦਾ। ਮਾਸ਼ਾਅੱਲਾ ਜੋਟੀ ਹੈ, ਦੂਜੇ ਤੋਂ ਤੀਜੇ ਵੀ ਹੋਵੇ ਮੈਂ ਜ਼ਿੰਮੇਦਾਰ ਹੋਵਾਂਗਾ ਇਨਸ਼ਾਅੱਲਾ। ਦੂਜੇ ਪਿਓਰ ਹੈ ਜੀ ਮਾਸ਼ਾਅੱਲਾ। ਇਹ ਲਿਬਾਸ ਚੈੱਕ ਕਰੋ ਮਾਸ਼ਾਅੱਲਾ ਬੜਾ ਪਿਆਰਾ ਹੈ ਇਨਸ਼ਾਅੱਲਾ। ਸਫਾਈਆਂ ਵਾਲਾ ਕੋਈ ਵਾਹ ਨਹੀਂ, ਕੋਈ ਬਲ ਨਹੀਂ, ਸਿੰਗਲ ਹੱਡੀ ਹੈ, ਪੂਰੀ ਗਿੱਠ ਚਮੀ ਹੋਈ ਹੱਡੀ, ਪੂਰੀ ਗਿੱਠ ਚਮੀ ਹੋਈ। ਰਿਆਜ਼ ਇੱਥੇ ਹੱਥ ਚੈੱਕ ਕਰ ਲੈ, ਇਹ ਦੇਖ ਲਓ ਪੂਰੀ ਗਿੱਠ ਨਹੀਂ ਚਮੀ ਹੋਈ, ਡਾਕਾਂ ਮੈਂ ਦੀਆਂ ਬੜੇ ਫਾਸਲੇ ਤੇ, ਠੀਕ ਬੜੀ ਬਰੀਕ ਮੱਝ ਮਾਸ਼ਾਅੱਲਾ ਹੈਗੇ ਮਾਸ਼ਾਅੱਲਾ। ਉਹ ਚੀਜ਼ ਨੂੰ ਬੜਾ ਸਮਝਦੇ ਨੇ। ਲਓ ਜੀ ਵੀਡੀਓ ਪਸੰਦ ਆਵੇ ਲਾਈਕ ਸ਼ੇਅਰ ਮੁਹੱਬਤ ਵਾਲਾ ਕਮੈਂਟ ਲਾਜ਼ਮੀ ਕਰਨੇ ਨੇ। ਇਸ ਨਾਲ ਆਪਣੇ ਮੇਜ਼ਬਾਨ ਮੁਹੰਮਦ ਰਿਆਜ਼ ਨੂੰ ਦਿਓ ਇਜਾਜ਼ਤ ਇਨਸ਼ਾਅੱਲਾ ਇੱਕ ਨਈ ਔਰ ਬਿਹਤਰੀਨ ਵੀਡੀਓ ਨਾਲ। ਫਿਰ ਦੋਸਤਾਂ ਦੀ ਖਿਦਮਤ ਵਿੱਚ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।